इधर पंजाब के तरनतारन जिले के गांव जामराई में एक व्यक्ति की हत्या का मामला सामने आया है। मृतक की पहचान गुरमीत सिंह पुत्र कश्मीर सिंह के रूप में हुई है। मृतक के परिजनों ने बताया कि वह आरजी ड्राइवर के रूप में काम करता था। हमेशा की तरह घर लौट रहा था, तब बाबा भंडारी के गुरुद्वारे के पास अज्ञात लोगों ने हमला कर हत्या कर दी है। सूचना मिलते ही मौके पर पहुंची पुलिस ने जांच शुरू कर दी है। ਸਰ ਸਾਨੂੰ ਤਾਂ ਇਸ ਤਰ੍ਹਾਂ ਫੋਨ ਕਿਸੇ ਕੀਤਾ ਵੀ ਘੜਕੇ ਦਾ ਮੁੰਡਾ ਆਹ ਗੱਲਬਾਤ ਹੋ ਗਈ ਆ ਅਤੇ ਉੱਥੇ ਇੰਸੀਡੈਂਟ ਹੋ ਗਿਆ, ਕੀ ਗੱਲ ਹੋਈ ਆ? ਅਸੀਂ ਜਦੋਂ ਆਏ ਤੇ ਇਹਦੇ ਵੇਖਿਆ ਤੇ ਦਿਲ ਦੇ ਵਿੱਚ ਸੁਰੀਆਂ ਵੱਜੀਆਂ ਤੇ ਮੰਗਾਂ ਇਹਦੇ ਸਿੱਧੇ ਨਾਂ ਦਾ ਪਤਾ ਨਹੀਂ ਜੀ। ਰੋਡਵੇਜ਼ ਦੇ ਵਿੱਚ ਡਰਾਈਵਰੀ ਕਰਦਾ ਇਹ, ਪੰਜਾਬ ਰੋਡਵੇਜ਼ ਜੀ, ਉੱਥੇ ਬੱਸ ਲਾ ਕੇ ਫਿਰ ਸਿੱਧਾ ਕਿਤੇ ਇਹਨੂੰ ਆਉਣ ਡਿਆ ਅਤੇ ਇੱਥੇ ਆਣ ਕੇ ਆਹ ਕੰਮ ਹੋ ਗਿਆ। ਇਹੋ ਕਰਜ਼ਾ ਵੱਜੀਆਂ ਅਤੇ ਇਹਦੀ ਮੌਕੇ 'ਤੇ ਮੌਤ ਹੋਈ ਆ ਜੀ। ਆਹ ਕੋਟ ਪਿੰਡ ਪੈਂਦਾ ਜੀ। ਸਾਨੂੰ ਇਹੋ ਲੱਗਦਾ ਵੀ ਸਾਨੂੰ ਪਹਿਲੋਂ ਸਾਡੇ ਦੇ ਇਹਦੇ ਭਰਾ ਦੇ ਮਿਰਥੇ ਨਾਲ ਕਪੂਰਥਲਾ ਜ਼ਿਲ੍ਹੇ ਦੇ ਨਜਾਇਜ਼ ਪਰਚਾ ਕਰਾਤਾ ਜੀ। ਇੱਥੇ ਅਸੀਂ ਦੇਖਿਆ ਇੱਕ ਮੋਟਰਸਾਈਕਲ ਡਿੱਗਾ ਅਤੇ ਬਾਬੇ ਭੰਡਾਰੀ ਦੀ ਜਗ੍ਹਾ ਲੱਗੇ ਅਤੇ ਅਸੀਂ ਰੋਕ ਕੇ ਵੇਖਿਆ ਅਤੇ ਲਾਗੇ ਇੱਕ ਬੰਦਾ ਪਿਆ ਵਾ। ਅਸੀਂ ਤਾਂ ਕਿਹਾ ਵੀ ਵੈਸੇ ਚਲੋ ਕਿਤੇ ਡਿੱਪ ਆਊਗਾ ਅਤੇ ਉਹ ਉਦੋਂ ਮਤਲਬ ਵੀ ਉਹਦੀ ਜਿਤਨਾ ਦੰਦਲ ਪਈ ਸੀਗੀ ਅਤੇ ਸਾਹ ਬੜੇ ਔਖੇ ਔਖੇ ਆਉਣ ਡੇ ਸੀਗੇ। ਅਸੀਂ ਆਪਣੀ ਗੱਡੀ 'ਚੋਂ ਪਾਣੀ ਪੂਣੀ ਕੱਢਿਆ ਪਾਇਆ ਉਹਦੀ ਦੰਦਲ ਦੀ ਤੋੜੀ, ਉਹ ਮੁੜ ਕੇ ਸਾਡੇ ਹੱਥਾਂ ਦੇ ਵਿੱਚ ਹੀ ਦਮ ਤੋੜ ਗਿਆ। ਲਾਗੇ ਅਸੀਂ ਗੁਰਦੁਆਰਾ ਵਾਲੇ ਸਿੰਘ ਸੀ, ਉਹਨਾਂ ਨੂੰ ਆਵਾਜ਼ ਮਾਰੀ। ਇਹ ਡਰਾਈਵਰੀ ਕਰਦਾ ਸੀ, ਇਹ ਪ੍ਰਾਈਵੇਟ ਲੱਗਾ ਸੀ ਇੱਥੇ ਤਰਨ ਤਾਰਨ ਡੀਪੂ 'ਚ ਅਤੇ ਉੱਧਰ ਨੂੰ ਚੱਲਦਾ ਹਿਮਾਚਲ ਨੂੰ। ਅੱਛਾ, ਅਤੇ ਕਿੱਦਾਂ ਇਹ ਪਤਾ ਲੱਗਾ ਵੀ ਕਤਲ ਦੀ ਵਜ੍ਹਾ? ਸਾਡੇ ਨੇ ਪਹਿਲਾਂ ਡੈਡੀ ਦਾ ਕਤਲ ਹੋਇਆ 19 'ਚ, ਪੰਚਾਇਤ 'ਤੇ ਪਰਚਾ ਸੀ ਅਤੇ ਉਹ ਸਾਡੇ 'ਤੇ ਕਾਫੀ ਦਬਾਅ ਬਣਾਉਂਦੇ ਸੀ ਵੀ ਰਾਜੀਨਾਮਾ ਕਰ ਲਓ। ਇਹ ਉਹਨਾਂ ਨੇ ਸਾਡੇ 'ਤੇ ਪਰਚਾ ਕਰਾਇਆ ਉੱਧਰ, ਹੁਣ ਥੋੜ੍ਹੇ ਪਹਿਲਾਂ 6 ਮਹੀਨੇ ਵੀ ਰਾਜੀਨਾਮਾ ਕਰ ਲਓ ਅਤੇ ਉਹੀ ਅਸੀਂ ਕੀਤਾ ਨਹੀਂ ਵੀ ਪਰਚਾ ਝੂਠਾ ਕਰਾਇਆ ਸਾਡੇ 'ਤੇ। ਬਾਅਦ 'ਚ ਇੱਥੇ ਇਨਕੁਆਇਰੀ ਚੱਲਦੀ ਉਹ ਸਰਪੰਚ ਮਨਦੀਪ ਸਿੰਘ ਦੇ ਖਿਲਾਫ ਮੇਰੇ ਵੱਲੋਂ, ਉੱਥੇ ਵੀ ਉਹਨੇ ਮੈਨੂੰ ਧਮਕੀਆਂ ਦਿੱਤੀਆਂ, ਉਹਨਾਂ ਨੇ ਨਜਾਇਜ਼ ਪੈਸੇ ਖਾਧੇ ਪਿੰਡ ਦੇ ਨਰੇਗਾ ਦੇ। ਇੱਥੇ ਅੱਜ ਇੱਕ ਮੌਕੇ 'ਤੇ ਆਏ ਹਾਂ ਜੀ, ਇੱਥੇ ਸਾਨੂੰ ਮੈਸੇਜ ਆਇਆ ਵੀ ਇੱਥੇ ਕਿਸੇ ਦਾ ਜਿਹੜਾ ਵਾ ਮਰਡਰ ਹੋ ਗਿਆ ਵਾ। ਜਦੋਂ ਮੌਕੇ 'ਤੇ ਆ ਕੇ ਦੇਖਿਆ ਤਾਂ ਇੱਥੇ ਬੰਦਾ ਇੱਕ ਜਿਹੜਾ ਵਾ ਕਿਰਚੋ ਵੱਜੀ ਸੀ ਉਹਦੇ, ਅਤੇ ਉਹ ਮ੍ਰਿਤਕ ਪਿਆ ਸੀਗਾ। ਠੀਕ ਆ, ਇੱਥੇ ਮੌਕੇ 'ਤੇ ਪਹੁੰਚ ਕੇ ਹੁਣ ਜਿਹੜੀ ਆ ਤਸਦੀਕ ਕਰ ਰਹੇ ਹਾਂ, ਜੋ ਵੀ ਹਾਲਾਤ ਪਾਏ ਗਏ ਉਹਦੇ ਮੁਤਾਬਕ ਜਿਹੜੀ ਕਾਰਵਾਈ ਅਮਲ 'ਚ ਲਿਆਉਂਦੀ ਜਾਊ।